ਡੀਜੇ ਤੇ ਪੈਸੇ ਚੁੱਕਣ ਵਾਲੇ ਨੌਜਵਾਨ ਦੇ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸ ਦਈਏ ਕਿ ਮੰਗਣੀ ਦਾ ਪ੍ਰੋਗਰਾਮ ਚੱਲ ਰਿਹਾ ਸੀ ਤੇ ਅਚਾਨਕ ਹੀ ਜੋ ਲਾੜੇ ਦੇ ਵੱਲੋਂ ਇੱਕ ਰਿਸ਼ਤੇਦਾਰ ਆਇਆ ਸੀ, ਉਸਦੀ ਬਹਿਸ ਡੀਜੇ ਤੇ ਪੈਸੇ ਚੁੱਕਣ ਵਾਲੇ ਮੁੰਡੇ ਦੇ ਨਾਲ ਹੋ ਜਾਂਦੀ ਹੈ, ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਲਾੜੇ ਦੇ ਰਿਸ਼ਤੇਦਾਰ ਨੇ ਉਸ ਮੁੰਡੇ ਦੇ ਗੋਲੀ ਮਾਰ ਕੇ ਸ਼ਰੇਆਮ ਉਸਦੀ ਹੱਤਿਆ ਕਰ ਦਿੱਤੀ। ਹਾਲਾਂਕਿ ਮੌਕੇ ਤੋਂ ਮੁਲਜ਼ਮ ਫਰਾਰ ਦੱਸੇ ਜਾ ਰਹੇ ਨੇ ਤੇ ਪੁਲਿਸ ਵੀ ਹੁਣ ਮੌਕੇ ਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤਾਂ ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਮੰਗਣੀ ਦਾ ਸਮਾਗਮ ਚੱਲ ਰਿਹਾ ਸੀ ਅਤੇ ਉਸ ਸਮਾਗਮ ਦੇ ਵਿੱਚ ਜਦੋਂ ਲਾੜੇ ਦੇ ਰਿਸ਼ਤੇਦਾਰ ਦੀ ਇੱਕ ਪੈਸੇ ਚੁੱਕਣ ਵਾਲੇ ਨੌਜਵਾਨ ਦੇ ਨਾਲ ਬਹਿਸ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਰਿਸ਼ਤੇਦਾਰ ਵੱਲੋਂ ਸ਼ਰੇਆਮ ਗੋਲੀ ਮਾਰ ਕੇ ਉਸਦਾ ਕਤਲ ਕਰ ਦਿੱਤਾ ਜਾਂਦਾ, ਜਿਸ ਦੇ ਕਾਰਨ ਉਸ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। 16 ਸਾਲ ਉਸਦੀ ਉਮਰ ਦੱਸੀ ਜਾ ਰਹੀ ਹੈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਜਿਸ ਨੌਜਵਾਨ ਦੇ ਗੋਲੀ ਲੱਗੀ ਹੈ ਉਹ ਕਾਫੀ ਗਰੀਬ ਪਰਿਵਾਰ ਦਾ ਹੈ। ਆਪਣੇ ਪਰਿਵਾਰ ਦੀ ਰੋਜ਼ੀ ਰੋਟੀ ਚਲਾਉਣ ਦੇ ਲਈ ਉਹ ਡੀਜੇ ਦੇ ਉੱਤੇ ਪੈਸੇ ਚੁੱਕਦਾ ਸੀ, ਪਰ ਬੀਤੇ ਦਿਨਾਂ ਜਦੋਂ ਇੱਕ ਪ੍ਰੋਗਰਾਮ ਦੇ ਵਿੱਚ ਉਹ ਗਿਆ ਤਾਂ ਉੱਥੇ ਕਿਸੇ ਦੇ ਨਾਲ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ, ਤਾਂ ਚੱਲਦੇ ਪ੍ਰੋਗਰਾਮ ਦੇ ਵਿੱਚ ਕਿਹਾ ਜਾ ਰਿਹਾ ਕਿ ਲਾੜੇ ਦੇ ਇੱਕ ਰਿਸ਼ਤੇਦਾਰ ਵੱਲੋਂ ਉਸ ਨੌਜਵਾਨ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਫਿਲਹਾਲ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਪੁਲਿਸ ਦੇ ਵੱਲੋਂ ਵੀ ਹੁਣ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਡੀਜਿਆਂ ਤੇ ਜਾਂਦੇ ਸੀ ਗਿਆ ਸੀ, ਗੋਲੀ ਮਾਰਤੀ ਕਿਸੇ ਨੇ। ਤੇ ਕਿੱਥੇ ਗਏ ਸੀ ਡੀਜੇ ਦੇ? ਆਸਲੀ ਗਏ ਸੀ। ਤੇ ਕਿੰਨੇ ਕੁ ਵਜੇ ਦੀ ਗੱਲ ਆ? 9 ਕੁ ਵਜੇ ਦੀ ਗੱਲ ਆ। ਅੱਗੇ ਵੀ ਜਾਂਦਾ ਸੀ ਡੀਜੇ ਦੇ? ਹਾਂਜੀ ਜਾਂਦਾ ਸੀ। ਪਿੰਡ ਦੇ ਸੀ ਡੀਜੇ ਤੁਹਾਡੇ ਦੇ? ਹਾਂਜੀ ਪਿੰਡ ਦੇ। ਕੀ ਮੰਗ ਕਰਦੇ ਜੀ ਹੁਣ? ਸਾਨੂੰ ਇਨਸਾਫ ਚਾਹੀਦਾ ਆ, ਮੇਰੇ ਬੇਟੇ ਨੂੰ ਮਾਰ ਕੇ ਸੁੱਟ ਗਿਆ। ਤੇ ਕਿੰਨੀ ਉਮਰ ਸੀ ਬੇਟੇ ਤੁਹਾਡੇ ਦੀ? 15-16 ਸਾਲ ਸੀ। ਕਿੰਨੇ ਤੁਹਾਡੇ ਬੇਟੇ ਆ ਹੋਰ? ਦੋਵੇਂ ਬੇਟੇ ਸੀ ਮੇਰੇ। ਤੇ ਉਹ ਪੁਲਿਸ ਆਈ ਸੀ ਇੱਥੇ? ਪੁਲਿਸ ਆਈ ਸੀ। ਕੀ ਕਾਰਵਾਈ ਕੀਤੀ ਪੁਲਿਸ ਨੇ? ਕੋਈ ਨਹੀਂ ਕੀਤੀ। ਇਹ ਆਪਣੇ ਕੋਲ ਪਰਚੀਆਂ ਲਈਆਂ ਏਕਰਾਂ ਨੇ, ਮੁੰਡਾ ਬੱਚਾ ਪਰਚੀਆਂ ਚੁਗਦਾ ਪਿਆ ਸੀ, ਉਹਨੇ ਪਰਚੀਆਂ ਮੰਗੀਆਂ, ਮੁੰਡਾ ਇੱਦਾਂ ਪਰਚੀਆਂ ਚੁਗੰਦੇ ਨੇ, ਪਰਚੀਆਂ ਨਹੀਂ ਦਿੱਤੀਆਂ, ਉਹਨੇ ਗੋਲੀ ਮਾਰਤੀ ਕੱਢ ਕੇ। ਕੌਣ ਸੀ ਜਿਹਨੇ ਮਾਰੀ ਗੋਲੀ? ਪਤਾ ਨਹੀਂ ਭਾਈ, ਘਰ ਵਾਲਿਆਂ ਨੂੰ ਪਤਾ ਹੋਊਗਾ, ਘਰਦਿਆਂ ਨੂੰ ਪਤਾ ਕੌਣ ਆ ਕੌਣ ਨਹੀਂ, ਘਰਦੇ ਵੀ ਦੱਸਦੇ ਨਹੀਂ ਪਏ ਕੌਣ ਆ। ਕਿੱਥੇ ਲਾਏ ਸੀ ਡੀਜੇ, ਕਿਹੜੇ ਪਿੰਡ ਲਾਏ? ਇੱਥੇ ਲਾਏ ਸੀ, ਆਸਲੀ ਲਾਏ ਸੀ ਜੀ। ਕੀ ਪ੍ਰੋਗਰਾਮ ਸੀ ਉਹਨਾਂ ਦਾ? ਠਾਕਾ ਸੀ ਮੁੰਡੇ ਦਾ ਜੀ। ਕੀ ਕੋਈ ਗੱਲਬਾਤ ਪਹਿਲਾਂ ਵੀ ਹੋਈ ਆ ਜਾਂ ਹੋਰ ਵੀ ਕੋਈ ਹੈਗਾ ਨਾਲ? ਨਹੀਂ ਭਾਜੀ, ਇਹ ਪਰਚੀਆਂ ਲਈਆਂ ਇਹਨੇ ਤੇ ਮੁੰਡੇ ਨੇ ਪਰਚੀਆਂ ਨਹੀਂ ਦਿੱਤੀਆਂ, ਇਹਨੇ ਕੱਢ ਕੇ ਗੋਲੀ ਮਾਰਤੀ, ਫਿਰ ਗੋਲੀ ਮਾਰਨ ਦੇ ਬਾਵਜੂਦ ਵੀ ਮੁੰਡਾ ਡਿੱਗ ਗਿਆ, ਇਹਨੇ 3-4 ਫੇਰ ਤਾਂ ਉਹਨੂੰ ਕੱਢੇ ਆ। ਆਪਾਂ ਮੁੰਡੇ ਨੂੰ ਚੁੱਕ ਕੇ ਲੈ ਆਏ ਆ, ਉਹਨਾਂ ਦੇ ਘਰ ਦੇ ਫਿਰ ਸਾਨੂੰ ਦਬਾਅ ਪਾਈ ਜਾਂਦੇ ਸੀ, ਤੁਸੀਂ ਕੱਲ ਹੀ ਕਰਦੇ ਜੇ, ਕੱਲ ਹੀ ਰੋਂਦੇ ਜੇ, ਇਹ ਵਾ ਜੋ ਵਾ ਇਦਾਂ ਵਾ ਇਦਾਂ ਵਾ, ਘਰ ਦੇ ਸਾਨੂੰ ਦਬਾਅ ਪਾਈ ਜਾਂਦੇ ਸੀ। ਰਿਸ਼ਤੇਦਾਰ ਸੀ ਭਾਜੀ ਉਹਨਾਂ ਦਾ, ਇਹੀ ਬੱਚਾ ਉਹਨਾਂ ਸੱਦਿਆ ਸੀ ਤੇ ਆਇਆ ਸੀ। ਹਾਂਜੀ, ਕਾਰਵਾਈ ਹੋਣੀ ਚਾਹੀਦੀ ਦੋਨਾਂ ਮੁੰਡਿਆਂ ਤੇ, ਘਰ ਵਾਲਿਆਂ ਨੂੰ ਪਤਾ ਹੋਣਾ ਜੀ ਭਾਈ, ਘਰ ਵਾਲਿਆਂ ਤੇ ਆਪਾਂ ਨੂੰ ਫੁੱਲ ਕਾਰਵਾਈ ਚਾਹੀਦੀ। ਹਾਂਜੀ ਪਰਚੀਆਂ ਦੇ ਦਿਓ ਤੇ ਆਂਦਾ ਵੀ ਇਹੋ 200 ਰੁਪਏ ਦਿੱਤਾ ਉਹਨੂੰ ਪਰਚੀਆਂ ਵਾਸਤੇ ਪਰਚੀਆਂ ਦੇ ਦਿਓ ਤੇ ਆਂਦਾ ਵੀ ਇਹੋ 200 ਰੁਪਏ ਜੇ ਐਚਐਮ ਸਾਡੇ ਰਾਤ ਕੱਢਣੇ ਜੀ ਪਰਚੀਆਂ ਤੁਹਾਡੇ ਤੋਂ ਤੇ ਪਰਚੀਆਂ ਅਸੀਂ ਚਲੋ ਦੇਈ ਜਾਂਦੇ ਤੇ ਉਹ ਨਿੱਕੇ ਮੁੰਡੇ ਨ
ਤੇ ਕੌਣ ਸੀ ਉਹ ਜਿਹਨੇ ਪੈਸੇ ਮੰਗੇ ਤੁਹਾਡੇ? ਉਹ ਉਹਨਾਂ ਦੇ ਰਿਸ਼ਤੇਦਾਰੀ ਹੈਗੇ ਸੀ। ਕਿਹਨਾਂ ਦੇ? ਘਰ ਵਾਲਿਆਂ ਦੇ, ਨਾਂ ਨੀ ਪਤਾ ਹੈਗਾ ਜੀ ਉਹਨਾਂ ਦਾ। ਕੀ ਪ੍ਰੋਗਰਾਮ ਸੀ ਉਹਨਾਂ ਦਾ? ਪ੍ਰੋਗਰਾਮ ਦਾ ਠਾਕਾ ਸੀ ਉਹਨਾਂ ਦਾ। ਮੁੰਡੇ ਦਾ ਠਾਕਾ ਸੀਗਾ? ਹਾਂਜੀ ਮੁੰਡੇ ਦਾ ਠਾਕਾ ਸੀ। ਤੇ ਕਿੰਨੀ ਉਮਰ ਸੀ ਜਿਹੜਾ ਮੁੰਡੇ ਦੀ ਮੌਤ ਹੋਈ ਆ? ਮੁੰਡੇ ਦੀ ਉਮਰ ਹੈਗੀ ਸੀ 15-16 ਸਾਲ। ਤੁਹਾਡੇ ਨਾਲ ਹੀ ਗਿਆ? ਹਾਂਜੀ ਨਾਲ ਗਿਆ ਸੀ। ਕੀ ਮੰਗ ਕਰਦੇ ਜੀ ਹੁਣ? ਅਸੀਂ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ। ਤੇ ਜੋ ਗੋਲੀ ਵੱਜੀ ਫਿਰ ਉਹਨੂੰ
ਮਤਲਬ ਲਿਆਂਦਾ ਲਾਜ ਵਾਸਤੇ ਜਦੋਂ ਲਿਆਂਦੇ ਆ ਤੇ ਸਾਨੂੰ ਘਰ ਵਾਲਿਆਂ ਡੱਕਿਆ ਸੀ ਵੀ ਤੁਸੀਂ ਕੀ ਕਰਦੇ ਰੋਣਕਾਂ ਤੋਂ ਦਹਿ ਜਾਏ ਜਵਾਨ ਨੂੰ ਮਲਕੇ ਹੱਡ ਤੇ ਪ੍ਰੈਸ਼ਰ ਵੀ ਪਾਇਆ ਸੀ ਉਹਨਾਂ ਹਾਂਜੀ ਤੇ ਰੋਨੇ ਆਈ ਦੇ ਸਾਨੂੰ ਦੋਕੇ ਮਾਰਦੇ ਸੀ ਕਿੰਨੀਆਂ ਗੋਲੀਆਂ ਵੱਜੀਆਂ ਮੁੰਡੇ ਦੇ ਮੁੰਡੇ ਦੇ ਗੋਲੀ ਇੱਕੋ ਵੱਜੀ ਹੋਰ ਵੀ ਚਲਾਈਆਂ ਕਿ ਜਾਂ ਤਿੰਨ ਫੇਰ ਚਲਾਏ ਤਾਂ ਨੂੰ ਗੱਲਬਾਤ ਭਾਜੀ ਇਸ ਤਰ੍ਹਾਂ ਕਿ ਡੀਜਿਆਂ ਤੇ ਗਿਆ ਸੀ ਤੇ ਉੱਥੇ ਮੁੰਡੇ ਨੇ ਗੋਲੀ ਮਾਰਤੀ ਪੈਸਿਆਂ ਦੇ ਉਹ ਕਰਕੇ ਪਰਚੀਆਂ ਨਾ ਦੇਣ ਦੇ ਬਾਵਜੂਦ ਉਹਨੇ ਗੋਲੀ ਮਾਰਤੀ ਗੋਲੀ ਮਾਰ ਕੇ ਵੀ ਉਹਨੇ ਤਿੰਨ ਚਾਰ ਫਾਇਰ ਕੀਤੇ ਆ ਤੇ ਫਿਰ ਉਹਨੇ ਮੁੰਡੇ ਨੂੰ ਚੁੱਕਿਆ ਵੀ ਨਹੀਂ ਵੀ ਇਹਦੇ ਗੋਲੀ ਵੱਜੀ ਆ ਜਾਂ ਨਹੀਂ ਤਾਂ ਵੀ ਉਹਨੇ ਫਾਇਰ ਕਰੀ ਗਿਆ ਫਿਰ ਜਿਹੜੇ ਡੀਜਿਆਂ ਦੇ ਮੁੰਡੇ ਦੂਜੇ ਨਾਲ ਦੇ ਸੀ ਉਹਨਾਂ ਨੇ ਉਹਨੂੰ ਚੁੱਕ ਕੇ ਤੇ ਫਿਰ ਲੈ ਕੇ ਗਏ ਆ ਹਾਂ ਹਸਪਤਾਲ ਲਈ ਗਏ ਆ ਤੇ ਉਹ ਤੋਂ ਬਾਅਦ ਫਿਰ ਵੀ ਉਹਨਾਂ ਨੇ ਆਖਿਆ ਵੀ ਤੁਸੀਂ ਰੋਣਕਾਂ ਤੋਂ ਦਹਿ ਇਹ ਕੀ ਗੱਲ ਹੋਈ ਫਿਰ ਕੀ ਹੋਇਆ ਧਮਕੀਆਂ ਦਿੰਦੇ ਰਹੇ ਪਰ ਹੁਣ ਵੀ ਉਹ 9 ਵਜੇ ਦੇ ਬਾਵਜੂਦ ਮੁੰਡਾ ਹੀ ਲੈ ਕੇ ਆਏ ਹਸਪਤਾਲ ਤੇ ਉਦੋਂ ਦੀ ਕੋਈ ਕਾਰਵਾਈ ਨਹੀਂ ਹੋਈ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਣਕਾਰੀ ਭਾਜੀ ਦਿੱਤੀ ਆ 9 ਵਜੇ ਉਦੋਂ ਬਾਅਦ ਕੋਈ ਪੁਲਿਸ ਹੁਣ ਟਾਈਮ ਵੇਖ ਲਓ ਵੀ 12 ਵੱਜ ਚੁੱਕੇ ਆ ਉਦੋਂ ਬਾਅਦ ਸਾਡੇ ਕੋਲ ਪੁਲਿਸ ਆ ਕੇ ਚਲ ਗਈ ਆ ਉਦੋਂ ਬਾਅਦ ਕੋਈ ਕਾਰਵਾਈ ਨਹੀਂ ਸਾਡੇ ਚੱਕਰ ਲਾਈ ਜਾਂਦੀ ਪੁਲਿਸ ਜਿਨ੍ਹਾਂ ਨੂੰ ਫੜਨਾ ਕੋਈ ਕਾਰਵਾਈ ਨਹੀਂ ਕਰਦੀ ਮਤਲਬ ਸਾਡੇ ਕੋਲ ਚੱਕਰ ਲਾਈ ਜਾਂਦੀ ਆ ਲਾਸ਼ ਇੱਥੋਂ ਖੜਨ ਵਾਸਤੇ ਤੇ ਇੱਥੋਂ ਅਸੀਂ ਇਸ ਤਰ੍ਹਾਂ ਲਾਸ਼ ਦੇ ਸਕਦੇ ਹਾਂ ਕੀ ਸਾਨੂੰ ਇਨਸਾਫ ਚਾਹੀਦਾ ਹੈ ਵੀ ਕਾਰਵਾਈ ਕਰਨ ਜਿਹੜਾ ਬੰਦੇ ਨੇ ਕੀਤਾ ਇਹ ਕੰਮ ਉਹਨੂੰ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਆ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਉਹਨਾਂ ਤੋਂ ਇੱਥੇ ਲਾਸ਼ ਅਸੀਂ ਰੱਖ ਛੱਡਾਂਗੇ ਸਾਡੀ ਕਾਰਵਾਈ ਅਸੀਂ ਮੰਨ ਲਓ ਜੋ ਵੀ ਸਾਡੇ ਤੋਂ ਬਣੂਗਾ ਅਸੀਂ ਸਾਰੇ ਪਰਿਵਾਰ ਇੱਥੇ ਅਲਗੋਂ ਦੇ ਸਾਰੇ ਇਕੱਠੇ ਅਸੀਂ ਪਰਿਵਾਰ ਸਾਰਾ ਅਸੀਂ ਬੈਠੇ ਅਸੀਂ ਨਾਲ ਸਾਡੇ ਮੈਂ ਇਕੱਲਾ ਨਹੀਂ ਹਾਂ ਸਾਡਾ ਪਰਿਵਾਰ ਇਹ ਸਭ ਨਾਲ ਹੀ ਆ ਗਰੀਬ ਜਨਤਾ ਇਹ ਹੋਰ ਕੋਈ ਜਣਾ ਖਣਾ ਗੋਲੀ ਮਾਰ ਦਿੰਦੇ ਅਸੀਂ ਰੋਜ਼ ਕੰਮਾਂ ਇਹਨਾਂ ਕੰਮਾਂ 'ਚ ਹੀ ਰਹਿੰਦੇ ਹਾਂ ਹੋਰ ਰੋਜ਼ ਪੈਲਸਾਂ 'ਚ ਵਹਿੰਦੇ ਹਾਂ ਉੱਥੇ ਲੋਡ ਨਹੀਂ ਹੋਣਾ ਪੈਲਸਾਂ 'ਚ ਬੰਦ ਕੀਤਾ ਹੈ ਲੋਕ ਘਰਾਂ 'ਚ ਪਿਸਤੌਲ ਹਥਿਆਰ ਚਲਾਉਂਦੇ ਰਹਿੰਦੇ ਆ ਕਿੰਨੇ ਨੁਕਸਾਨ ਹੁੰਦੇ ਆ ਇਹ ਚੀਜ਼ਾਂ ਰੁਕਣੀਆਂ ਚਾਹੀਦੀਆਂ ਸਾਨੂੰ ਇਨਸਾਫ ਚਾਹੀਦਾ ਬਾਈ।